ਕਿਲੇ ਵਾਲੇ ਦੀ ਜੁੱਤੀ ਵਰਗਾ ਨਹੀਂ ਕੋਈ ਬਣ ਸਕਦਾ, ਵੱਡੇ ਤੋਂ ਵੱਡਾ ਸਾਧ ਵੀ ਹੋ ਜਾਏ ਨਾ ਤੇ ਉਹ ਕਿਲੇ ਵਾਲੇ ਦੀ ਜੁੱਤੀ ਵਰਗਾ ਨਹੀਂ ਬਣਨਾ ਉਹਨੇ। ਜੇ ਆਖੇ ਕਿ ਮੈਂ ਕਿਲੇ ਵਾਲਾ ਬਣ ਗਿਆ ਵਾਂ ਤੇ ਉਹਦੇ ਜਿਹਾ ਗੁਨਾਹਗਾਰ ਕੋਈ ਨਹੀਂ ਹੈਗਾ। ਇੱਕ ਹੋਰ ਵਚਨ ਕਹਿ ਛੱਡੋ ਹੈ ਕਿ ਸਾਡੀ ਉਹ ਕਿਲੇ ਵਾਲੇ ਨਾਲ ਬਣ ਆਵੇ। ਅਸੀਂ ਔਗਣ ਬੜੇ ਹੁੰਦੇ ਨੇ ਤੇ ਉਹ ਤੇ ਬਖਸ਼ਣਹਾਰ ਨੇ, ਉਹਨਾਂ ਦੇ ਚਰਨਾਂ ਨਾਲ ਬਣ ਆਵੇ। ਇਹ ਮਿਹਰ ਕਰ ਛੱਡੋ ਸਾਡੇ 'ਤੇ। ਇਹ ਤੇਰੇ 'ਤੇ ਤਾਂ ਮਿਹਰ ਹੋਈ ਹੈ ਕਿ ਸਿਆ ਤੈਨੂੰ ਵਜ਼ੀਰ ਐਵੇਂ ਥਾਪਿਆ ਹੈ, ਤੇਰੇ ਨਾਲ ਬਣ ਆਈ ਅਤੇ ਤੈਨੂੰ ਵਜ਼ੀਰ ਬਣਾਇਆ ਨਾ। ਵਜ਼ੀਰ ਚਾਰ ਪੰਜ ਵਜ਼ੀਰ ਥਾਪੇ ਹਨ, ਚਾਰ ਪੰਜ ਪੰਜ ਵਜ਼ੀਰ ਥਾਪੇ ਹਨ ਅਤੇ ਆਖ ਲਾਂਗੇ ਵਜ਼ੀਰ ਥਾਪ ਕੇ ਇਹ ਜ਼ਿਲ੍ਹਿਆਂ 'ਚ ਸ਼ਹਿਰਾਂ 'ਚ ਸਭ ਫਿਰ ਜਾਓ ਅੱਗੇ ਸੰਗਤ ਨੂੰ ਜਿਹੜਾ ਜਲ ਵਰਤਣ ਦੀ ਮਰਿਆਦਾ ਮੰਨ ਲਏਗਾ ਉਹਨੂੰ ਵੀ ਬਖਸ਼ ਲਿਓ ਅਤੇ ਸਾਰੇ ਸਾਰੇ ਮਰਿਆਦਾ ਦਾ ਪਹਿਰਾ ਚਲਾ ਦਿਓ ਅਤੇ ਸਾਰੇ ਪਿੰਡਾਂ 'ਚ ਸ਼ਹਿਰਾਂ 'ਚ ਸਭ ਇਕਾਰ ਚਲਾ ਦਿਓ। ਗਾਂ ਵੱਧਦੀ ਜਾਏ ਵੱਧਦੀ ਜਾਏ ਕਾਰ ਅਤੇ ਹੁਣ ਇਹ ਸਗੋਂ ਸਮੇਂ ਦੀ ਕਾਰ ਬਦਲ ਗਈ। ਹੁਣ ਜਿਹੜੇ ਵਜ਼ੀਰ ਸਨ ਉਹ ਦੋ ਦਿਨ ਖਤਮ ਹੋ ਗਏ ਨੇ ਖਰੇ ਅਤੇ ਉਹਨਾਂ ਦੇ ਥਾਂ ਗੁੱਸਾ ਪਏ ਕੋਈ ਨਹੀਂ, ਉਹ ਗੱਲ ਉੱਥੇ ਡੱਬੀ ਗਈ ਹੈ ਅਤੇ ਜਿਹੜੀ ਸੀ ਅੱਗੋਂ ਕੰਮ ਵਧਣਾ ਸੀ ਉਹ ਡੱਕਾ ਲਾ ਤਾ। ਉਹਨਾਂ ਦੇ ਅਜੇ ਸਾਰੇ ਕੰਮ ਕਰਨੇ ਨੇ, ਇਹ ਸਾਰੇ ਕੰਮ ਕਰਨੇ ਉਦਾਸ ਹੋਏ ਗਏ। ਹਮੇ ਇਹ ਮਹਾਰਾਜ ਰਸਨਾ ਤੋਂ ਮੈਂ ਬਚਨ ਸੁਣਨ ਕੋਲ ਬਹਿ ਗਏ, ਆਖਾਂਗੇ ਜਿੱਤ ਅੱਗੇ ਤੇ ਇੰਨੇ ਰਾਜ ਵਾਲੇ ਬਣੇ ਨੇ ਨਾ, ਜਿੱਥੋਂ ਸੂਰਜ ਚੜ੍ਹਦਾ ਜਿੱਥੋਂ ਡੁੱਬਦਾ ਉੱਥੋਂ ਤੱਕ ਉਹ ਰਾਜ ਖਾਲਸੇ ਦਾ ਹੋ ਜਾਏਗਾ। ਉਹਦੇ ਅਸਤਲੋਂ ਹਾਮੀ ਹੋਏਗਾ, ਹਾਂ ਉਹਦੇ ਉਦੋਂ ਉਸ ਰਾਜ ਹੋਏਗਾ ਸਾਰੇ, ਕੋਈ ਰਾਜਾ ਨਹੀਂ ਰਹੇਗਾ ਹੋਰ। ਅਤੇ ਇਹ ਜਿਹੜਾ 1400 ਸੰਸਰ ਬਰਖ ਲੱਗ ਰਾਜ ਐਸਾ ਹੀ ਹੋਏ ਕਾਜੂ ਦੇ ਵਿੱਚ ਰਾਜ ਕਾਜੂ ਮੈਂ ਕਲਯੁਗ ਮੈਂ ਸਾਜੁਗ ਲਾਊਂ ਤਾਂ ਮੈਂ ਬਾਹਰਵਾਂ ਬੱਪ ਕਹਾਊਂ। ਜੇ ਤਾਂ ਕਲਯੁਗ ਦੇ ਵਿੱਚ ਸਾਜੁਗ ਲਾ ਦਿਆਂਗਾ ਤਾਂ ਸਮਝਿਓ ਵੀ ਬਾਹਰੋਂ ਜਾਮਾ ਆ ਗਿਆ ਹੈ। ਜੇ ਕਲਯੁਗ ਦੇ ਵਿੱਚ ਸਾਜੁਗ ਨਾ ਲੱਗਾ ਸਮਝਿਓ ਵੀ ਭੈਣੀ ਭੁੰਡਾਂ ਦੀ ਹੋ ਜਾਏਗੀ ਫਿਰ। ਅਤੇ ਇਹ ਅੱਜ ਰੋਗਣ ਦੰਦੀ ਦੇ ਸਾਰਾ ਇਹ ਕੰਮ ਮਹਾਰਾਜ ਲਿਖੀ ਸਿਰ ਬਾਣੀ 'ਚ ਉਹ ਬਚਨ ਅਜੇ ਹੋਏ ਕਿ ਨਹੀਂ ਨਾ ਪੂਰੇ, ਉਹ ਸਾਰੇ ਹੋਣੇ ਨੇ ਹੁਣ, ਉਹ ਸਾਰੇ ਹੋਣੇ ਨੇ। ਕਲ ਬਿਰਸ਼ ਮਹਾਰਾਜ ਆਖੇ ਇਹੋ ਜਿਹਾ ਰਾਜ ਹੋਏਗਾ, ਇਹੋ ਜਿਹਾ ਸਾਜੂ ਲੱਗੇਗਾ ਵੀ ਜਦੋਂ ਸੰਗਤ ਆਖੇ ਕਰੇਗੀ ਨਾ ਮਹਾਰਾਜ ਹੁਣ ਬਾਰਿਸ਼ ਦੀ ਲੋੜ ਹੈ ਬਾਰਿਸ਼ ਪਾਓ, ਉਹ ਅਰਦਾਸ ਕਰਨ ਕਰਨਗੇ ਉਸੇ ਬੱਦਲ ਧਾਰੀ ਲੈ ਵੇ ਕਰੇਗਾ, ਉਸੇ ਵੇ ਧਾਰੀ ਲੈ ਵੇ ਕਰੇਗਾ, ਲੋੜ ਹੀ ਨਹੀਂ ਖੂਹ ਮੰਮੀਆਂ ਛੱਡਣੀ ਐਸੀ ਕਾਰ ਵਰਤੇਗੀ। ਕਲ ਬਿਰਸ਼ ਫਲ ਜਿਹੜੇ ਨੇ ਇਹ ਬਿਰਸ਼ ਦੇਣਗੇ ਅਨਾਨਾ ਪ੍ਰਕਾਰ ਦੇ, ਉਹ ਮੈਂ ਹੁਣ ਸੁਣਿਆ ਦੂਜਿਆਂ ਸਾਵਾਂ ਲੋਕਾਂ ਕੋਲ ਅਤੇ ਪਿਉਂਦੀ ਬੂਟੇ ਲਾ ਕੇ ਨਿੱਘੇ ਨਿੱਘੇ ਬੂਟੇ ਨੇ ਚੌਂ ਪੰਜੀ ਸਾਲ ਦੀ ਫਲ ਲੱਗ ਪੈਂਦਾ ਅੰਬਾਂ ਨੂੰ ਵੀ, ਹਰ ਇੱਕ ਫਲ ਅਨਾਰਾਂ ਨੂੰ ਪਿਉਂਦੀ ਐਸੇ ਲੱਗਦੇ ਨੇ, ਨਿੱਘੇ ਨਿੱਘੇ ਬੂਟਿਆਂ ਨੂੰ ਫਲ ਲੱਗ ਜਾਂਦਾ। ਹਾਂਜੀ ਹੈ ਨਾ ਗੱਲ, ਇਹ ਵੀ ਮਹਾਰਾਜ ਦੱਸਿਆ ਹੀ ਸੰਗਤ ਦੇ ਵਿੱਚ ਆਖਾਂਗੇ ਕਦਮ ਜਿਹੜੇ ਨੇ ਬਿਰਸ਼ ਦੇਣਗੇ, ਗਵਾਂ ਦੁੱਧ ਦੇਣੇ ਬਹੁਤ ਕਾਮ ਤਾਮ ਗਵਾਂ ਦੇ ਵੱਗ ਆ ਜਾਣਗੇ, ਪਰਬਤ ਦੇਣਗੇ ਲਾਲ ਪਰਬਤ ਦੇਣਗੇ ਲਾਲ। ਇਹ ਮਾਇਆ ਬੇਅੰਤ ਹੋ ਜਾਏਗੀ ਬੇਅੰਤ, ਆਹ ਹੁਣ ਵੇਖਿਆ ਮਾਇਆ ਦੇ ਹਰ ਪਏ ਵਗਦੇ ਨੇ ਹਰ, ਇਹ ਉਹਨਾਂ ਦੇ ਉਹਨਾਂ ਵਰ ਦਿੱਤੇ ਨੇ ਮਹਾਰਾਜ ਨੇ। ਭੈਣ ਹੋਰਾਂ ਵੀ ਆਖਿਆ ਸੀ ਇੱਥੇ ਬੁੱਧੋ ਪਰ ਬੈਠੇ ਹਾਂ ਅਤੇ ਆਖਣ ਲੱਗੇ ਥੋੜ੍ਹੇ ਦਿਨ ਰਹਿ ਗਏ ਨੇ, ਕਰਾਬ ਸਾਹਿਬ ਅਤੇ ਫਲ ਛਗਿਆ ਨਾ ਜਾਏ ਕਰੇਗਾ। ਇਹ ਭੈਣ ਹੋਰਾਂ ਦੱਸਣ ਵਾਲੇ ਬਚਨ ਆਇਆ ਛਗਿਆ ਮੈਨੂੰ ਮਹਾਰਾਜ ਅਤੇ ਭੈਣ ਜੇ ਭੈਣ ਹੋਰਾਂ ਇੱਕੋ ਜਿਹਾ ਨਵਾਜਿਆ, ਇੱਕੋ ਜਿਹਾ ਭੈਣ ਹੋਰਾਂ ਦਰਸ਼ਨ ਦੇ ਕੇ ਮੈਨੂੰ ਸ਼ਿਸ਼ੀ ਭੈਣ ਦੀ ਸਥਾਪਨਾ ਦਿੱਤੀ ਹੈ, ਮੇਰੇ ਕਾਲ ਦੀ ਸਥਾਪਨਾ ਦਿੱਤੀ ਦਰਸ਼ਨ ਦੇ ਕੇ ਆਖ ਹਾਜ਼ਰ ਪਹਿਲ ਵਿੱਚ ਵਿੱਚ ਅਤੇ ਆਖਾਂਗੇ ਲੈ ਤੇਰੀ ਸਦਾ ਚੜ੍ਹਦੀ ਕਲਾ ਰਹੇਗੀ ਚੜ੍ਹਦੀ ਕਲਾ ਰਹੇ। ਹੁਣ ਵੀ ਦਰਸ਼ਨ ਦਿੰਦੇ ਨੇ ਭੈਣ ਦੀ, ਥੋੜ੍ਹੇ ਦਿਨ ਹੋਏ ਨੇ 15-20 ਦਰਸ਼ਨ ਦੇ ਕੇ ਅਤੇ ਅੰਦਰ ਵੜ ਗਏ ਨੇ ਅਤੇ ਦਰਸ਼ਨ ਦੇ ਗਏ ਮੈਨੂੰ ਅਤੇ ਪੈਰੀ ਕਦੇ ਵੇਖੇ ਹੀ ਨਹੀਂ ਸੀ ਮੈਂ, ਉਹ ਖਰਕੀਰਾ ਜਾਮੇ ਦਾ ਉਹ ਵਿਖਾਇਆ ਉਹਨੇ, ਉਹ ਸੁਣਿਆ ਵੀ ਟੂੰਬਾਂ ਜਿਹੜੀ ਛਾਂਟਾਂ ਜਿਹੀਆਂ ਹੁੰਦੀਆਂ ਨੇ ਭਾਈਆਂ ਜਨਾਨੀਆਂ
ਇਹ ਸ਼ਰਟਾਂ ਜਿਹੀਆਂ ਪਾਈਆਂ ਆ ਪੈਰਾਂ ਨੂੰ ਸ਼ਰਟਾਂ ਜਿਹੀਆਂ ਪਾਈਆਂ ਪੈਰਾਂ ਨੂੰ ਉਹਦੇ ਮੈਨੂੰ ਦਰਸ਼ਨ ਹੋਇਆ।